ਬਹੁਤ 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 ਧੰਨਵਾਦ ਜੀ ਤੁਹਾਡਾ, ਮੀਡੀਆ ਦਾ, ਸਾਰਿਆਂ ਦਾ। ਅੱਜ ਮੇਰੇ ਪਰਿਵਾਰ ਵਾਸਤੇ, ਸ਼੍ਰੋਮਣੀ ਅਕਾਲੀ ਦਲ ਵਾਸਤੇ ਬੜੀ ਇਹ ਖੁਸ਼ੀ ਦਾ ਦਿਨ ਹੈ ਕਿ ਸਾਡੇ ਬੜੇ ਪਿਆਰੇ ਔਰ ਬੜੇ ਹੀ ਨਫੀਸ ਇਨਸਾਨ, ਮੈਂ ਕਹਿੰਦਾ ਜਿਨ੍ਹਾਂ 'ਚ ਇਨਸਾਨੀਅਤ ਘੁੱਟ ਘੁੱਟ ਕੇ ਭਰੀ ਹੈ, ਐਡਵੋਕੇਟ ਰਾਕੇਸ਼ ਪਰਾਸ਼ਰ ਸਾਹਿਬ, ਜਿਹੜੇ ਕੁਛ ਕਾਰਨਾਂ ਕਰਕੇ ਮੈਂ ਕਹੂੰਗਾ ਥੋੜ੍ਹੇ ਮਿਸਗਾਈਡ ਹੋ ਗਏ। ਕੀ ਗੱਲ ਹੋਈ ਕਿ ਜਿਨ੍ਹਾਂ ਨੇ ਥੋੜ੍ਹੇ ਸਮੇਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਮੇਰੀ ਟੀਮ 'ਚੋਂ ਲਾਂਭੇ ਹੋਏ ਸਨ, ਭਾਰਤੀ ਜਨਤਾ ਪਾਰਟੀ 'ਚ ਗਏ ਸਨ, ਉਹਨਾਂ ਦੇ ਸੀਨੀਅਰ ਲੀਡਰ ਜਾਖੜ ਸਾਹਿਬ ਦੇ ਨਾਲ ਸ਼ਾਇਦ ਜੁਆਇਨਿੰਗ ਹੋਈ ਸੀ ਉਸ ਮੌਕੇ 'ਤੇ, ਅੱਜ ਵਾਪਸੀ ਘਰ ਵਾਪਸੀ ਕਰ ਰਹੇ ਹੈ। ਸੋ ਮੈਂ ਇਹਨਾਂ ਨੂੰ ਜਿੱਥੇ ਜੀ ਆਇਆਂ ਨੂੰ ਕਹਿੰਦਾ, ਇਹਨਾਂ ਦੀਆਂ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ, ਕਿਉਂਕਿ ਇਹ ਮੇਰੇ ਨਾਲ ਬੜੇ ਨੇੜੇ ਹੋ ਕੇ ਮੇਰੇ ਨਾਲ ਕੰਮ ਕੀਤਾ। ਔਰ ਮੈਂ ਜਿਹੜੀ ਗੱਲ ਦੀ ਇਹਨਾਂ ਦੀ ਸਿਫਤ ਕਰਨਾ ਚਾਹੂੰਗਾ, ਵੇਖੋ ਵੱਖਰੇਵੇਂ ਭਰਾਵਾਂ 'ਚ ਵੀ ਹੋ ਜਾਂਦੇ ਨੇ, ਸਗੇ ਬਹੁਤ ਨੇੜਦੇ ਰਿਸ਼ਤਿਆਂ 'ਚ ਹੋ ਜਾਂਦੇ ਆ, ਮਗਰ ਵੱਖ ਹੋ ਕੇ ਕੋਈ ਗੱਲ ਇਹਨਾਂ ਨੇ ਕੋਈ ਇਹੋ ਜਿਹੀ ਨਹੀਂ ਕੀਤੀ ਇੱਕ ਦੂਜੇ ਦੀ ਸ਼ਾਨ ਦੇ ਖਿਲਾਫ, ਉਹ ਇੱਜ਼ਤ ਕਦਰ ਬਰਕਰਾਰ ਰੱਖੀ। ਔਰ ਉਹੀ ਕਾਰਨ ਹੈ ਕਿ ਮੈਂ ਇਹਨਾਂ ਦੀ ਦਿਲੋਂ ਬੜੀ ਇੱਜ਼ਤ ਕਦਰ ਕਰਦਾ ਔਰ ਅੱਜ ਇਹਨਾਂ ਦੇ ਗ੍ਰਹਿ ਵਿਖੇ ਆ ਕੇ ਇਹਨਾਂ ਨੂੰ ਘਰ ਵਾਪਸੀ ਜੁਆਇਨਿੰਗ ਕਰਾ ਰਹੇ। ਸੋ ਮੈਂ ਫਿਰ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਦਾ, ਇਹਨਾਂ ਦਾ ਧੰਨਵਾਦ ਕਰਦਾ। ਔਰ ਅੱਜ ਜੀ ਇਸ ਗੱਲ ਦਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੂੰਗਾ ਕਿ ਇੱਕ ਸਰਕਾਰ ਵੱਲੋਂ ਇੱਕ ਐਗਰੀਕਲਚਰ ਪਾਲਿਸੀ ਦਾ ਡਰਾਫਟ ਸਰਕੂਲੇਟ ਹੋਇਆ ਹੈ, ਜਿਹੜਾ ਸੂਬੇ ਦੀ ਸਰਕਾਰ ਨੇ, ਜਿਹਦਾ ਅੱਜ ਕਾਫੀ ਉਹਦੀ ਕਵਰੇਜ ਵੀ ਹੋਈ ਹੈ। ਮੈਂ ਤਾਂ ਇਹੀ ਕਹਿ ਸਕਦਾ ਕਿ ਇਹ ਜਿਸ ਚੀਜ਼ ਦਾ ਮਾਨ ਸਾਹਿਬ ਨੂੰ ਬੜਾ ਸ਼ੌਂਕ ਰੱਖਦੇ ਆ, ਨਵੀਂ ਸ਼ਰਾਬ ਪੁਰਾਣੀ ਬੋਤਲ 'ਚ, ਇਸ ਪਾਲਿਸੀ 'ਚ ਕੁਛ ਇਹੋ ਜਿਹਾ ਨਹੀਂ ਹੈ ਜਿਹਦੇ ਨਾਲ ਕਿਸਾਨ ਖੁਦਕੁਸ਼ੀ ਰੁਕੇਗੀ, ਇਸ ਪਾਲਿਸੀ 'ਚ ਇਹੋ ਜਿਹਾ ਕੁਛ ਨਹੀਂ ਹੈ ਜਿਹਦੇ ਨਾਲ ਡਾਈਵਰਸੀਫਿਕੇਸ਼ਨ ਨੂੰ ਵਾਧਾ ਮਿਲੇਗਾ, ਇਸ ਪਾਲਿਸੀ 'ਚ ਇਹੋ ਜਿਹਾ ਕੁਛ ਨਹੀਂ ਹੈ ਜਿਹਦੇ ਨਾਲ ਜਿਹੜਾ ਗਰਾਊਂਡ ਵਾਟਰ ਹੈ ਜਿਹੜਾ ਬਹੁਤ ਥੱਲੇ ਜਾ ਰਿਹਾ, ਕਈ ਬਲੋਕਸ 'ਚ ਪੈਡੀ ਕਲਟੀਵੇਸ਼ਨ ਕਰਨ ਤੋਂ ਰੋਕਿਆ ਗਿਆ, ਉਹਦੇ 'ਚ ਕੋਈ ਤਬਦੀਲੀ ਆਊਗੀ। ਇਹ ਗੱਲਾਂ ਉਹ ਨੇ ਜੇ ਤੁਸੀਂ ਪਿਛਲੀਆਂ 3-4 ਪਾਲਿਸੀ ਡਾਕੂਮੈਂਟਸ ਕੱਢੋ, ਇਹ ਸਾਰਾ ਕੁਛ ਰੋਜ਼ ਜ਼ਿਕਰ ਹੋ ਰਿਹਾ। ਅੱਜ 1,00,000 ਕਰੋੜ ਦੇ ਨੇੜੇ ਤੇੜੇ, 90,000 ਕਰੋੜ ਦੇ ਨੇੜੇ ਤੇੜੇ ਕਿਸਾਨ ਕਰਜ਼ਾਈ ਆ। ਇਹ ਫਿਗਰ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਆਈ ਸੀ ਔਰ ਉਸ ਵੇਲੇ ਵੀ ਬੜਾ ਜ਼ਿਕਰ ਕੀਤਾ ਗਿਆ ਸੀਗਾ ਜੀ, ਅਸੀਂ ਫਾਰਮ ਲੋਨ ਵੇਵਰ ਕਰ ਰਹੇ ਹਾਂ, ਅਸੀਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਰਹੇ ਹਾਂ। ਮਗਰ ਤੁਸੀਂ ਵੇਖਿਆ ਹੀ ਹੈ ਕਿ ਨਾ ਕਰਜ਼ੇ ਕਾਂਗਰਸ ਵੇਲੇ ਮਾਫ਼ ਹੋਏ, ਨਾ ਉਹ ਖੁਦਕੁਸ਼ੀ ਰੁਕੀ। ਔਰ ਅੱਜ ਵੀ ਉਹੀ ਚੀਜ਼ ਵੇਖਣ ਨੂੰ ਮਿਲੀ ਆ ਕਿ ਡਾਈਵਰਸੀਫਿਕੇਸ਼ਨ ਦੀ ਗੱਲ ਤਾਂ ਸਰਕਾਰ ਕਰ ਰਹੀ ਹੈ, ਕੋਈ ਇੱਕ ਸਰਕਾਰ ਨਹੀਂ, ਅਨੇਕਾਂ ਸਰਕਾਰਾਂ ਨੇ ਗੱਲ ਕੀਤੀ ਹੈ, ਮਗਰ ਡਾਈਵਰਸੀਫਿਕੇਸ਼ਨ ਹੋ ਕਿਉਂ ਨਹੀਂ ਰਹੀ? ਕਿਉਂਕਿ MSP ਨਹੀਂ ਮਿਲਦਾ। ਮੌਜੂਦਾ ਭਗਵੰਤ ਮਾਨ ਸਰਕਾਰ ਨੇ ਮੱਕੀ ਤੇ ਹੋਰ ਕਈ ਦਾਲਾਂ ਤੇ MSP ਐਲਾਨੀ ਸੀ, ਕਿ ਉਹ MSP ਮਿਲੀ
ਨਹੀਂ ਮਿਲੀ। ਇਹਦਾ ਰੌਲਾ ਵਿਧਾਨ ਸਭਾ ਚ ਵੀ ਪਿਆ, ਇਸ ਲਈ ਅੱਜ ਵੀ ਸਿਰਫ ਤੇ ਸਿਰਫ ਇੱਕ ਸ਼ਰਾਰਤ ਕੀਤੀ ਗਈ ਹੈ ਕਿਸਾਨਾਂ ਨਾਲ। ਇਸ ਐਗਰੀਕਲਚਰ ਪਾਲਿਸੀ ਚ ਕਿਸਾਨ ਖੁਦਕੁਸ਼ੀ ਜਾਂ ਕਿਸਾਨ ਨੂੰ ਕਰਜ਼ਈ ਜਿਹੜਾ ਹੋ ਗਿਆ ਉਹਦਾ ਕਰਜ਼ਾ ਕਿਵੇਂ ਘਟਾ ਸਕਦੇ ਹੋ ਉਹਦੇ ਬਾਰੇ ਕੁਛ ਨਹੀਂ ਹੈ। ਕਹਿੰਦੇ ਜੀ ਹਾਰਟੀਕਲਚਰ ਵੱਲ ਜਾਓ, ਹੋਰ ਡਾਈਵਰਸੀਫਿਕੇਸ਼ਨ ਕਰੋ। ਕਿ ਸਰਕਾਰ MSP ਐਲਾਨ ਰਹੀ ਹੈ ਉਹਨਾਂ ਤੇ? ਆਂਸਰ ਇਜ਼ ਨੋ। ਹੁਣੇ ਇਹਨਾਂ ਨੇ ਡੀਜ਼ਲ ਤੇ ਵੈਟ ਵਧਾਇਆ, ਗੁਆਂਢੀ ਸੂਬਿਆਂ ਨਾਲੋਂ ਡੀਜ਼ਲ ਹੋਰ ਮਹਿੰਗਾ ਕੀਤਾ। ਇਹ ਜਿਹੜੀ ਇਨਪੁੱਟ ਕੋਸਟ ਨੇ ਉਹਦੇ ਪ੍ਰਾਈਸਿਸ ਵੱਧ ਰਹੀਆਂ ਨੇ, ਆਊਟਪੁੱਟ ਕੋਸਟ 'ਚ ਪ੍ਰਾਈਸ ਮਿਲ ਨਹੀਂ ਰਹੀ ਹੈ। ਇਸ ਲਈ ਇੱਕ ਫੇਲਡ ਐਗਰੀਕਲਚਰ ਪਾਲਿਸੀ ਲਿਆਏ ਆ ਜਿਹਦੇ ਸਿੱਟੇ ਵੀ ਜ਼ੀਰੋ ਨਿਕਲਣੇ, ਫੇਲ ਨਿਕਲਣੇ ਲੋਕਾਂ ਨੂੰ, ਕਿਸਾਨਾਂ ਨੂੰ, ਖੇਤ ਮਜ਼ਦੂਰਾਂ ਨੂੰ। ਇਹਦੇ ਨਾਲ ਕੋਈ ਭਲਾ ਨਹੀਂ ਹੋਣਾ, ਔਰ ਨਾ ਖੇਤ ਮਜ਼ਦੂਰਾਂ ਦੀ ਕਰਜ਼ਾ ਮਾਫ਼ੀ ਦੀ ਮੌਜੂਦਾ ਪਾਲਿਸੀ 'ਚ ਕੋਈ ਜ਼ਿਕਰ ਹੋਇਆ। ਤੁਹਾਡੇ ਕੋਈ ਸਵਾਲ ਜੀ? ਹਾਂਜੀ, ਵੀ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਸਾਹਿਬ ਦੀ ਮੈਂ ਇਹ ਚਾਹੂੰਗਾ, ਅਰਦਾਸ ਕਰਾਂਗਾ ਕਿ ਉਹਨਾਂ ਦੀ ਸਿਹਤ ਤੰਦਰੁਸਤ ਹੋਵੇ, ਸਿਹਤ ਜਾਪਦਾ ਹੋਵੇ। ਔਰ ਮੈਂ ਕੋਈ ਕਿਸੇ ਮਜ਼ਾਕ ਦੇ ਰੂਪ 'ਚ ਯਾਗ ਨਹੀਂ ਕੀਤਾ ਸੀਗਾ, ਇਹ ਬੜਾ ਸੀਰੀਅਸ ਇਸ਼ੂ ਹੈ। ਚੀਫ ਮਿਨਿਸਟਰ ਸਾਹਿਬ ਨੂੰ ਅਪੋਲੋ ਹੋਸਪਿਟਲ 'ਚ ਇਲਾਜ ਵਾਸਤੇ ਲੈ ਕੇ ਗਏ ਆ, ਇਹ ਫੈਕਟ ਹੈ। ਮੇਰਾ ਚਿੰਤਾ ਸਿਰਫ ਇਸ ਲਈ ਹੋਈ ਕਿ ਇਸ ਗੱਲ ਨੂੰ ਇੰਨਾ ਸੀਕ੍ਰੇਟ ਕਿਉਂ ਰੱਖਿਆ ਜਾ ਰਿਹਾ। ਔਰ ਫੈਕਟ ਆਫ ਦਾ ਮੈਟਰ ਇਸ ਗੱਲ ਹੋਇਆ ਕਿ ਜੇ ਤਾਂ ਚੀਫ ਮਿਨਿਸਟਰ ਸਾਹਿਬ, ਉਹਨਾਂ ਦੀ ਮੀਡੀਆ ਟੀਮ ਜਿਵੇਂ ਹਰ ਚੀਜ਼ ਨੂੰ ਬੜੇ ਮਿੰਟੋ ਸਕਿੰਟਾਂ ਨਾਲ ਸ਼ੇਅਰ ਕਰਦੇ ਆ ਕਿ ਉਹ ਇੰਨੇ ਵਜੇ ਉੱਠੇ ਜੀ, ਇੰਨੇ ਵਜੇ ਬਾਥਰੂਮ ਗਏ ਜੀ, ਇੰਨੇ ਵਜੇ ਬਾਹਰ ਆ ਗਏ ਜੀ, ਇੰਨੇ ਵਜੇ ਰੋਟੀ ਖਾਧੀ ਜੀ, ਇੰਨੇ ਵਜੇ ਆ ਹੋਇਆ, ਜੇ ਸਾਰਾ ਕੁਝ ਸ਼ੇਅਰ ਕਰਦੇ ਜਾਂਦੇ ਤਾਂ ਸ਼ਾਇਦ ਮੈਨੂੰ ਸ਼ੇਅਰ ਕਰਨ ਦੀ ਲੋੜ ਨਹੀਂ ਪੈਣੀ ਸੀ। ਚੀਫ ਮਿਨਿਸਟਰ ਸਾਹਿਬ ਦਾ ਇੱਕ ਦਿਨ ਦਾ ਪਹਿਲਾ ਜਿਹੜਾ ਨਿਊਜ਼ 18 ਚੈਨਲ ਹੈ ਜਿਹੜਾ ਕਾਫੀ ਚਿੰਤਿਤ ਰਹਿੰਦਾ ਮੁੱਖ ਮੰਤਰੀ ਸਾਹਿਬ ਬਾਰੇ, ਔਰ ਮੁੱਖ ਮੰਤਰੀ ਸਾਹਿਬ ਦੀ ਹਰ ਮੂਵਮੈਂਟ ਨੂੰ ਬੜੀ ਬਰੀਕੀ ਨਾਲ ਵਿਖਾਉਂਦਾ। ਪਤਾ ਨਹੀਂ ਕੱਲ ਦੁਪਹਿਰ ਦਾ ਕੀ ਸੱਪ ਸੁੰਘ ਗਿਆ, ਦੱਸ ਹੀ ਨਹੀਂ ਰਿਹਾ ਕੁਛ ਉਹਨਾਂ ਬਾਰੇ। ਔਰ ਮੈਨੂੰ ਤਾਂ ਚਿੰਤਾ ਹੋਈ ਕਿ ਇਹ ਵਾਈ ਇਜ਼ ਦਿਸ ਟੌਪ ਸੀਕ੍ਰੇਟ। ਚੀਫ ਮਿਨਿਸਟਰ ਸਾਹਿਬ ਨੇ ਇੱਕ ਦਿਨ ਪਹਿਲਾਂ ਜੋ ਪੰਜਾਬ 'ਚ ਹੈਲਥ ਦੇ ਹਾਲਾਤ ਨੇ ਔਰ ਜੋ ਪੰਜਾਬ 'ਚ ਐਜੂਕੇਸ਼ਨ ਦੇ ਹਾਲਾਤ ਨੇ ਉਹਦੇ ਬਾਰੇ ਮੇਰੇ ਤੋਂ ਬਿਹਤਰ ਉਹਨਾਂ ਨੇ ਉਸ ਨੂੰ ਡਿਸਕ੍ਰਾਈਬ ਕੀਤਾ। ਔਰ ਇਹ ਗੱਲ ਆਪ ਮੰਨੀ ਹੈ ਕਿ ਸਰਕਾਰੀ ਸਕੂਲ 'ਚ ਕੋਈ ਜਾ ਕੇ ਰਾਜ਼ੀ ਨਹੀਂ, ਜੇ ਜਾਂਦਾ ਤਾਂ ਉਹ ਇਸ ਸੋਚ ਨਾਲ ਜਾਂਦਾ ਕਿ ਭਾਈ ਛੁੱਟੀ ਕਿਵੇਂ ਮਾਰਨੀ ਹੈ, ਕਿਉਂਕਿ ਉਹਨੂੰ ਲੱਗਦਾ ਕਿ ਸ਼ਾਇਦ ਉੱਥੇ ਪੜ੍ਹਾਈ ਨਹੀਂ ਹੋ ਰਹੀ। ਕਿ ਉਹਨੇ ਜਿਸ ਤਰੀਕੇ ਨਾਲ ਚੀਫ ਮਿਨਿਸਟਰ ਸਾਹਿਬ ਨੇ ਸਰਕਾਰੀ ਸਕੂਲਾਂ ਨੂੰ ਪੇਸ਼ ਕੀਤਾ, ਪਹਿਲਾਂ ਤਾਂ ਮੈਂ ਇਹਦਾ ਇਹਨੂੰ ਸਮਝਦਾ ਆਈ ਕੰਡੈਮ ਇਟ। ਔਰ ਮੈਂ ਇਹਨੂੰ ਜਿਹੜੇ ਸਾਡੇ ਟੀਚਰ ਸਾਹਿਬਾਨ ਨੇ ਜਿਹੜੀ ਆਪਦੀ ਹੱਕੀ ਮੰਗਾਂ ਲਈ ਲੜਾਈ ਲੜ ਰਹੇ ਉਹਨਾਂ ਦਾ ਅਪਮਾਨ ਸਮਝਦਾ। ਔਰ ਮੈਂ ਆਪ ਇਹ ਕਹਿੰਦਾ ਕਿ ਹਾਂ ਠੀਕ ਹੈ, ਅਸੀਂ ਇਹ ਗੱਲ ਬਾਰ ਬਾਰ ਫਲੈਗ ਕਰ ਰਹੇ ਹਾਂ ਕਿ ਜੋ ਐਜੂਕੇਸ਼ਨ ਇਨਫਰਾਸਟ੍ਰਕਚਰ ਦੇਣਾ ਚਾਹੀਦਾ ਸਾਡੇ ਅਧਿਆਪਕ ਸਾਹਿਬਾਨਾਂ ਨੂੰ ਉਹ ਨਹੀਂ ਮਿਲ ਰਿਹਾ।
ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਔਰ ਇਹੀ ਕਾਰਨ ਹੈ ਕਿ ਉਸ ਅਸਲੀਅਤ ਨੂੰ ਮੁੱਖ ਮੰਤਰੀ ਸਾਹਿਬ ਆਪ ਬਿਆਨ ਕਰ ਰਹੇ ਆ ਕਿ ਜੀ ਪਹਿਲਾਂ ਅਸੀਂ ਵੇਖਦੇ ਹਾਂ ਕਿ ਸਕੂਲ ਕਿਵੇਂ ਨਹੀਂ ਜਾਣਾ। ਨਹੀਂ ਤਾਂ ਸਕੂਲ ਤੱਕ ਇੱਕ ਐਡਾ ਵੱਡਾ ਮੰਦਰ ਕੇਂਦਰ ਮੰਨਿਆ ਜਾਂਦਾ ਨੌਲੇਜ ਦਾ ਕਿ ਹਰ ਬੱਚਾ ਉੱਥੇ ਜਾ ਕੇ ਰਾਜ਼ੀ ਹੈ, ਕਿਉਂਕਿ ਨੌਲੇਜ ਤੋਂ ਵੱਡਾ ਵੈਪਨ ਜਾਂ ਵੱਡੀ ਤਾਕਤ ਕੋਈ ਨਹੀਂ। ਔਰ ਜੇ ਕੋਈ ਬੱਚਾ ਸਕੂਲ ਨਹੀਂ ਜਾਣਾ ਚਾਹ ਰਿਹਾ ਤਾਂ ਫੇਲੀਅਰ ਕਿਹਦਾ? ਮੌਜੂਦਾ ਸਰਕਾਰ ਦਾ। ਰਾਈਟ ਟੂ ਐਜੂਕੇਸ਼ਨ ਪਾਲਿਸੀ ਥੱਲੇ ਕਿੱਥੇ ਕਿੱਥੇ ਲੋਕ ਸਰਕਾਰੀ ਸਕੂਲਾਂ 'ਚ ਪੜ੍ਹ ਕੇ, ਔਰ ਵੱਡੀ ਗੱਲ ਮੈਂ ਸਮਝਦਾ ਹਾਂ ਕਿ ਇੱਕ ਵੱਡੀ ਗਿਣਤੀ ਹੈ, ਲੱਖਾਂ ਲੋਕ ਬੱਚੇ ਸਰਕਾਰੀ ਸਕੂਲ 'ਚ ਪੜ੍ਹਦੇ ਆ। ਚੀਫ ਮਿਨਿਸਟਰ ਸਾਹਿਬ ਦਾ ਜਿਹੜਾ ਲਿਹਾਜ਼ਾ ਸੀ ਸਰਕਾਰੀ ਸਕੂਲਾਂ ਨੂੰ ਡਿਸਕ੍ਰਾਈਬ ਕਰਨ ਦਾ, ਕੀ ਇਹਦੇ ਨਾਲ ਇਨਰੋਲਮੈਂਟ ਵਧੂਗੀ ਕਿ ਘਟੂਗੀ? ਕੀ ਇਹਦੇ ਨਾਲ ਅਧਿਆਪਕ ਸਾਹਿਬਾਨ ਜਾਂ ਸਕੂਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਡੀਮੋਰਲਾਈਜ਼ ਹੋਊਗਾ ਕਿ ਉਹਨਾਂ ਦਾ ਮੋਰਾਲ ਵਧੂਗਾ? ਇਹ ਬਹੁਤ ਸੀਰੀਅਸ ਸਵਾਲ ਨੇ। ਔਰ ਫਿਰ ਕਹਿੰਦੇ ਜਦ ਅਸੀਂ ਸਕੂਲ ਚਲੇ ਜਾਂਦੇ ਹਾਂ ਫਿਰ ਅਸੀਂ ਇਹ ਵੇਖਦੇ ਹਾਂ ਕਿ ਕੰਧ ਟੱਪ ਕੇ ਕਿਵੇਂ ਭੱਜਣਾ ਹੁੰਦਾ, ਅਤੇ ਦੋ ਚਾਰ ਹੋਰ ਨਿਆਣੇ ਕਿਵੇਂ ਇਸ ਕੰਮ 'ਚ ਜੋੜਨੇ ਪੈਂਦੇ ਆ। ਮੈਂ ਤਾਂ ਹੈਰਾਨ ਹੋ ਗਿਆ ਕਿ ਆਪ ਵੀ ਇਹ ਜੀ ਗੱਲ ਦੱਸ ਕੇ ਹੱਸਦੇ ਸਨ ਅਤੇ ਪੁੱਛਣ ਵਾਲਾ ਵੀ ਹੈਰਾਨ ਪਰੇਸ਼ਾਨ। ਔਰ ਅੱਗੇ ਉਹਨੇ ਕਿਹਾ ਕਹਿੰਦਾ ਹਮ ਤੋ ਡੂਬੇਂਗੇ ਤੇਰੇ ਕੋ ਵੀ ਲੈ ਡੂਬੇਂਗੇ ਸਨਮ, ਉਹ ਇਹੋ ਜਿਹੀਆਂ ਗੱਲਾਂ ਗਾਂ ਕਰਦਾ ਸੀ। ਅਤੇ ਮੈਂ ਉੱਥੋਂ ਹਿਸਾਬ ਲਾ ਲਿਆ ਅਤੇ ਡੁੱਬ ਤਾਂ ਪੰਜਾਬ ਵੀ ਰਿਹਾ, ਲੋਨ ਆਰਡਰ ਦੇ ਹਾਲਾਤ ਵੇਖ ਲਓ, ਹਰ ਚੀਜ਼ ਦੇ ਹਾਲਾਤ ਵੇਖ ਲਓ, ਮਗਰ ਇੱਕ ਤਾਂ ਉਹਨਾਂ ਨੇ ਆਪਦੀ ਐਜੂਕੇਸ਼ਨ ਦੀ ਪੋਲ ਖੋਲੀ ਜਿਹੜੀ ਗੱਲ ਓਪੋਜੀਸ਼ਨ ਕਰਦੀ ਸੀ ਉੱਥੇ ਮੋਹਰ ਲਾਈ, ਜਿਹੜੀ ਗੱਲ ਦਾ ਰੌਲਾ ਅਧਿਆਪਕ ਸਾਹਿਬਾਨ ਪਾਉਂਦੇ ਉਸ ਗੱਲ 'ਤੇ ਮੋਹਰ ਲਾਈ। ਦੂਜੀ ਗੱਲ ਦੇਖੋ, ਕੱਲ ਜਦ ਉਹਨਾਂ ਦੀ ਸਿਹਤ, ਇਹ ਤਾਂ ਮਗਰਲਾ ਮੇਰਾ ਵੀ ਚਰਚਾ ਦਾ ਵਿਸ਼ਾ ਬਣ ਰਿਹਾ ਕਿ ਸਿਹਤ ਵਿਗੜੀ ਹੈ, ਵਿਗੜੀ ਕਿਉਂ? ਵਿਗੜਨ ਦਾ ਕਾਰਨ ਬੜਾ ਸਿੰਪਲ ਹੈ ਕਿ ਜੇ ਵੱਧ ਤੋਂ ਹੱਦ ਤੋਂ ਵੱਧ ਤੁਸੀਂ ਪੈਗ ਸ਼ੈਗ ਲਾ ਲਓ ਨਾ ਤੇ ਉੱਥੇ ਥੱਲੇ ਬੋਤਲ ਦੇ ਥੱਲੇ ਲਿਖਿਆ ਹੁੰਦਾ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ, ਇਟ ਇੰਜੂਰੀਅਸ ਟੂ ਹੈਲਥ। ਹੁਣ ਤੁਸੀਂ ਹਟੋ ਨਾ ਟਲੋ ਨਾ, ਮਤਲਬ ਇੱਕ ਦਿਨ ਪਹਿਲਾਂ ਦੀ ਨਿਊਜ਼ 18 ਦੇ 'ਚ ਵੀ ਸਰੂਰ 'ਚ ਵੇਖੀ ਸਾਰਿਆਂ ਨੇ ਇੰਟਰਵਿਊ, ਉਹ ਝੜੀ ਲੱਗੀ ਸੀ। ਕੱਲ੍ਹ ਕਹਿੰਦੇ ਜਹਾਜ਼ 'ਤੇ ਆਏ ਹੈ ਦਿੱਲੀਓਂ, ਜਹਾਜ਼ 'ਤੇ ਕਹਿੰਦਾ ਦਾ OSD ਨਾਲ ਸੀ ਸੁਖਬੀਰ, ਮੈਂ ਤੁਹਾਨੂੰ ਹੁਣ ਨੌ ਦੱਸ ਰਿਹਾ, ਉਹਨੂੰ ਵੀ ਪੈਗ ਲਵਾਏ, ਕਹਿੰਦੇ ਆਪ ਵੀ ਜਹਾਜ਼ 'ਤੇ ਪੈਗ ਲਾਏ। ਪਹਿਲਾਂ ਮੁੱਖ ਮੰਤਰੀ ਹੈ, ਵੈਸੇ ਹੈ ਬਦਲਾਅ ਵੀ, ਇਹ ਏਡਾ ਮਤਲਬ ਭੁੱਖ ਖਿਲਾਰਦੇ ਆ ਪੈਗ ਦੀ ਕਿ ਕਈ ਵਾਰੀ ਗੱਡੀ 'ਚ ਲਾਉਣੇ ਸ਼ੁਰੂ ਕਰਦੇ ਨੇ। CM ਦਾ ਕਾਫਲਾ ਜਾ ਰਿਹਾ ਹੁੰਦਾ ਅਤੇ ਗੱਡੀਆਂ ਹੌਲੀ ਹੋ ਜਾਂਦੀ ਆ ਅਤੇ ਪੈਗ ਲੱਗਣੇ ਸ਼ੁਰੂ ਹੋ ਜਾਂਦੇ। ਚਲੋ ਹਰੇਕ ਦੀ ਆਪਦੀ ਆਦਤ ਹੈ, ਕੀ ਕਰ ਸਕਦੇ ਆ। ਮਗਰ ਕੱਲ ਹੋਇਆ ਕੀ ਹੈ ਕਿ ਕੱਲ ਪੈਗ ਜਹਾਜ਼ 'ਚ ਲੱਗੇ, ਜਿਸ ਵਿੱਚ ਇਜ਼ ਨੋਟ ਅਲਾਊਡ, ਇੱਕ ਇਲੀਗਲ ਕੰਮ ਹੋਇਆ। ਫਿਰ ਇਹ ਉੱਤਰ ਦੇ ਸਾਰ ਗੱਡੀ ਤੇ ਜਹਾਜ਼ ਦੇ ਵਿੱਚ ਜਿਹੜੀ ਟਾਰਮੈਕ ਕਹਿੰਦੇ ਜਿਹਨੂੰ ਅਸੀਂ, ਜਿੱਥੇ ਜਹਾਜ਼ ਖਲੋਂਦਾ ਉੱਥੇ ਡਿੱਗੇ ਨੇ। ਔਰ ਫਟਾਫਟ CM ਸਿਕਿਉਰਿਟੀ ਨੇ ਇਹਨਾਂ ਨੂੰ ਉਠਾ ਕੇ ਗੱਡੀ 'ਚ ਬਿਠਾ ਲਿਆ, ਫਿਰ ਇਹਨਾਂ ਨੂੰ ਲੈ ਕੇ ਘਰੇ ਗਏ। ਉੱਥੇ ਜੋ ਮੇਰੇ ਕੋਲ ਖਬਰ ਆਈ ਹੈ ਕਿ ਬਲੱਡ ਪ੍ਰੈਸ਼ਰ ਵੀ ਨਹੀਂ ਠੀਕ ਸੀ, ਕੋਈ ਕਹਿੰਦਾ ਗਲੂਕੋਸ ਲੱਗਿਆ, ਨਹੀਂ ਹੋਇਆ, ਮਗਰ ਓਬਵੀਅਸਲੀ ਰਗੜੇ ਰੁਗੜੇ ਲੱਗੇ ਸੀ। ਅਤੇ ਇੱਕਦਮ ਜੇ ਮੈਟਰ ਸੀਰੀਅਸ ਨਹੀਂ ਸੀ ਤਾਂ ਇੱਥੇ ਆਮ ਆਦਮੀ ਕਲੀਨਿਕ 'ਚ ਇਲਾਜ ਹੋ ਜਾਂਦਾ, ਜਿਹਦਾ ਇੰਨਾ ਜ਼ਿਕਰ ਕਰਦੇ।
ਪਤਾ ਨਹੀਂ ਕਿੰਨੇ ਖੋਲਿਆ, 700 ਕਹਿੰਦੇ ਕਰੋੜਾਂ ਦਾ ਇਲਾਜ ਕੀਤਾ ਬਲਬੀਰ ਸਿਉਰੀ ਤੁਹਾਡੇ ਇੱਥੋਂ ਪਟਿਆਲੇ ਦੇ ਵਜ਼ੀਰ ਆ, ਰੋਜ਼ ਹੀ ਦੱਸਦੇ ਆ ਤੇ ਫੋਨ ਕਰ ਦਿੰਦੇ ਆਮ ਆਦਮੀ ਕਲੀਨਿਕ ਵਾਲਾ ਇਲਾਜ ਕਰਦਾ, ਮਗਰ ਬਿਮਾਰੀ ਏਡੀ ਗੰਭੀਰ ਸੀ ਕਿ ਇਹ ਡਾਕਟਰ ਨੇ ਤਾਂ ਬਾਹਰ ਆ ਕੇ ਦੱਸ ਦੇਣਾ ਸੀਗਾ ਕਿ ਸੀਐਮ ਸਾਹਿਬ ਨੂੰ ਹੋਇਆ ਜ਼ਿਆਦਾ ਕੁਛ ਨਹੀਂ, ਵੱਧ ਖਾਧੀ ਪੀਤੀ 'ਚ ਡਿੱਗ ਗਏ, ਉਹਦਾ ਰੌਲਾ ਪੈ ਜਾਣਾ ਸੀ। ਅਤੇ ਆਪ ਹੀ ਹੈਲਥ ਪ੍ਰਣਾਲੀ ਦਾ ਵੀ ਪੋਲ ਖੋਲਤੀ ਕਿ ਉਹਨਾਂ ਨੂੰ ਨਾਲ ਦੀ ਨਾਲ ਵਾਪਸ ਚਾਰਟਰ ਜਹਾਜ਼ 'ਤੇ, ਤੁਸੀਂ ਵੇਖੋ ਪੰਜਾਬ ਦਾ ਪੈਸਾ ਕਾਹਦੇ ਲਈ ਖਰਚ ਹੋ ਰਿਹਾ ਹੈ, ਲੋਕਾਂ ਨੂੰ ਤਨਖਾਹ ਨਹੀਂ ਮਿਲ ਰਹੀ ਸਮੇਂ ਨਾਲ, ਤਨਖਾਹਾਂ ਲੇਟ ਨੇ, ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋ ਰਹੀ, TA DA ਨਹੀਂ ਮਿਲ ਰਿਹਾ, ਲੋਕਾਂ 'ਤੇ ਬੋਝ ਪਾਇਆ ਜਾ ਰਿਹਾ ਅਤੇ ਸੀਐਮ ਸਾਹਿਬ ਚਾਰਟਰ 'ਚ ਆਉਂਦੇ ਆ ਅਤੇ ਫਿਰ ਚਾਰਟਰ 'ਚ ਉਹਨਾਂ ਨੂੰ 2 ਘੰਟਿਆਂ ਬਾਅਦ ਵਾਪਸ ਲੈ ਕੇ ਜਾਂਦੇ ਔਰ ਫਿਰ ਉਹਨਾਂ ਨੂੰ ਦਿੱਲੀ ਲੈ ਕੇ ਗਏ ਆ ਔਰ ਦਿੱਲੀ ਅੱਜ ਉਹ ਅਪੋਲੋ ਹਸਪਤਾਲ 'ਚ ਉਹਨਾਂ ਦਾ ਇਲਾਜ ਚੱਲ ਰਿਹਾ। ਤੁਹਾਨੂੰ ਆ ਕੇ ਕਹਿਣਗੇ ਕਿ ਸਾਡਾ ਪੂਰਾ ਬਾਡੀ ਦਾ ਸਕੈਨ ਹੋਇਆ, ਪਤਾ ਨਹੀਂ ਇੱਕਦਮ ਚੱਕਰ ਆਏ, ਮਗਰ ਤੁਸੀਂ ਕਿਸੇ ਨੂੰ ਪੀ ਲਿਓ ਜਿਹੜਾ ਵੱਧ ਪੈਗ ਲਾਉਂਦਾ ਉਹਨੂੰ ਵੀ ਚੱਕਰ ਇੱਕਦਮ ਹੀ ਆਉਂਦੇ ਆ। ਮੁੱਖ ਮੰਤਰੀ ਛਵੀ ਹੋਵੇ ਤੇ ਢਾ ਲੱਗੇ, ਜਰਮਨੀ ਦੇ ਜਹਾਜ਼ ਤੋਂ ਡਿੱਗੇ ਸਨ ਕਿ ਨਹੀਂ ਡਿੱਗੇ ਸਨ, ਦੱਸ ਐਵੇਂ ਇੱਕ ਮਜ਼ਾਕ ਬਣਾਇਆ। ਫਿਰ ਉਹ ਜਿਹੜਾ ਇੱਕ ਤੁਹਾਡੇ ਪੱਤਰਕਾਰਾਂ ਦੇ ਸੰਮੇਲਨ 'ਚ ਗਏ ਸੀ ਚੰਡੀਗੜ੍ਹ ਪ੍ਰੈਸ ਕਲੱਬ 'ਚ, ਗੱਡੀ 'ਚ ਬੁੜਕ ਕੇ ਛਾਲ ਮਾਰੀ ਸੀ ਕਿ ਨਹੀਂ ਮਾਰੀ ਸੀ, ਮਗਰ ਉਹ ਵਿਸ਼ਾਲ ਅੰਗਰੀਸ਼ ਵਰਗੇ ਨਾਲ ਹੀ ਸਨ, ਹੋਰ ਵੀ ਸੀ ਕਈ, ਮੈਂ ਤਾਂ ਪੱਤਰਕਾਰ ਵੀ ਦੱਸ ਦੂ, ਜਦੋਂ ਮਗਰਲੀ ਗੱਡੀ ਦੇ ਪਿੱਛੋਂ ਪਾਸਿਓਂ ਕੱਢਿਆ ਤੇ ਉਦੋਂ ਨਾ ਢਾ ਲੱਗੀ, ਜਰਮਨੀ ਦੇ ਜਹਾਜ਼ 'ਤੇ ਨਹੀਂ ਚੜ੍ਹਨ ਦਿੱਤਾ, ਉਦੋਂ ਨਾ ਢਾ ਲੱਗੀ। ਜਦੋਂ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਚਲੇ ਗਏ ਸ਼ਰਾਬ ਪੀ ਕੇ, ਉਹ ਲੋਕਾਂ ਨੇ ਦੌੜਾਂ ਲਵਾਈਆਂ, ਉਦੋਂ ਨਾ ਢਾ ਲੱਗੀ। ਹੁਣ ਅਸੀਂ ਜੇ ਚਿੰਤਾ ਵਿਅਕਤ ਕਰ ਰਹੇ ਹਾਂ, ਦੇਖੋ ਮੈਂ ਵਾਰ ਵਾਰ ਕਹਿੰਦਾ ਮਜ਼ਾਕ ਦਾ ਵਿਸ਼ਾ ਨਹੀਂ, ਆਈ ਵਿਸ਼ ਹਿਮ ਵੈਲ, ਆਈ ਵਿਸ਼ ਹਿਮ ਗੁੱਡ ਰਿਕਵਰੀ, ਨਿੱਕਾ ਨਿਆਣਾ, ਬਟ ਐਟ ਦਾ ਸੇਮ ਟਾਈਮ ਪੰਜਾਬ 'ਤੇ 4.25 ਲੱਖ ਕਰੋੜ ਦਾ ਕਰਜ਼ਈ ਪੰਜਾਬ ਹੋ ਗਿਆ। ਕਿ ਚੀਫ ਮਿਨਿਸਟਰ ਨੂੰ ਇਹ ਅਧਿਕਾਰ ਹੈ ਕਿ ਉਹ ਪ੍ਰਾਈਵੇਟ ਜਹਾਜ਼ਾਂ 'ਚ ਪਹਿਲੀ ਗੱਲ ਸ਼ਰਾਬ ਜਿਹੜੀ ਪੀਣੀ ਮਨਾ ਜਹਾਜ਼ 'ਤੇ, ਤੁਸੀਂ ਸ਼ਰਾਬ ਪੀਓ ਕਿਉਂ, ਕਾਰਵਾਈ ਨਹੀਂ ਕੀ, ਇਹਦੇ ਲਈ ਕਾਨੂੰਨ ਵੱਖਰੇ ਨੇ। ਫਿਰ ਜੇ ਤੁਸੀਂ ਡਿੱਗ ਗਏ ਤੇ ਦੱਸ ਦੇਣਾ ਸੀਗਾ, 2-3 ਚੈਨਲ ਹੈਗੇ ਜਿਹੜੇ ਮਿੰਟ ਮਿੰਟ ਦੀ ਤੁਹਾਡੀ ਖਬਰ ਚਲਾਉਂਦੇ ਆ, ਉਹਨਾਂ ਨੂੰ ਪਤਾ ਨਹੀਂ ਕੀ ਹੋਇਆ। ਕੋ ਰੋਜ਼ਾਨਾ ਸਪੋਕਸਮੈਨ ਉਹ ਵੀ ਬੜੀ ਕਿੱਲੀ ਨੱਪਦਾ ਹੁੰਦਾ, ਮੁੱਖ ਮੰਤਰੀ ਸਾਹਿਬ ਨੂੰ ਐਂ ਹੋ ਗਿਆ ਹੋ ਗਿਆ, ਉਹ ਵੀ ਚੁੱਪ ਕਰ ਜਾਂਦੇ, ਦੱਸ ਤਾਂ ਦਿਓ ਭਾਈ। ਫਿਰ ਤੁਸੀਂ ਗਏ ਇਲਾਜ ਵਾਸਤੇ ਦਿੱਲੀ ਲੈ ਗਏ ਹੋ ਤੁਹਾਨੂੰ, ਫਿਰ ਉੱਥੇ ਚੈਨਲ ਵਾਲੇ ਪਹੁੰਚੇ, ਉਹਨਾਂ ਨੂੰ ਕਿਹਾ ਕਿ ਪਿੱਛੇ ਹਟ ਜਾਓ ਤੁਸੀਂ, ਕਿਸੇ ਨੇ ਖਬਰ ਨਹੀਂ ਲਾਣੀ। ਮੈਂ ਹੁਣ ਚੈਨਲ ਦਾ ਨਾਂ ਲਵਾਂ ਜਿਨ੍ਹਾਂ ਦੇ ਮਾਲਕਾਂ ਨੂੰ ਫੋਨ ਗਿਆ, ਮੈਨੂੰ ਆਪ ਉਹ ਵਿਚਾਰੇ ਦੱਸੀ ਜਾਂਦੇ ਯਾਰ ਸਾਨੂੰ ਬੜੇ ਦਬਕੇ ਵੱਜ ਰਹੇ। ਮੈਂ ਫਿਰ ਕਿਉਂ ਡਰਦੇ ਕਿਉਂ ਆ, ਡਰਦੇ ਤਾਂ ਨਹੀਂ, ਇਸ਼ਤਿਹਾਰ ਬੰਦ ਹੋ ਜਾਂਦਾ, ਮੈਂ ਤਾਂ ਜਮਾਂ ਸਹੀ ਗੱਲ ਕਰ ਰਿਹਾ। ਇਸ ਲਈ ਮੈਨੂੰ ਇਹ ਗੱਲ 'ਤੇ ਨਹੀਂ, ਉਹਨਾਂ ਨੂੰ ਵਿਚਾਰਿਆਂ ਨੂੰ ਸਿਹਤ ਜਾਪਦਾ ਹੋਵੇ, ਮਗਰ ਪ੍ਰੋਬਲਮ ਜਿਹੜੀ ਆ ਨਾ ਉਹ ਹੈ ਵੱਧ ਖਾਣ ਪੀਣ ਦੀ, ਉਹ ਤਾਂ ਭਾਈ ਇੱਥੇ ਉਹ ਲਾਉਣਾ ਪੈਣਾ ਉਹ ਮਫਲਰ ਮੂੰਹ 'ਤੇ, ਨਹੀਂ ਤਾਂ ਕੰਮ ਹਟਣਾ ਨਹੀਂ। ਅਤੇ ਪੰਜਾਬ ਦਾ ਕਾਹਦੇ ਲਈ ਖਰਚਾ ਕਰਾਈ ਜਾਂਦੇ ਇਹੋ ਜਿਹੇ ਪੁੱਠੇ ਸਿੱਧੇ ਕੰਮ ਦਾ, ਔਰ ਨਾਲੇ ਇਹਦੇ ਨਾਲ ਹੀ ਐਜੂਕੇਸ਼ਨ ਦੀ ਤਾਂ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਪੋਲ ਖੋਲਤੀ ਸੀ ਮੁੱਖ ਮੰਤਰੀ ਸਾਹਿਬ ਨੇ। ਵੈਸੇ ਤਾਂ ਹਰਜੋਤ ਬੈਂਚ ਨੇ ਵੀ ਖੋਲ੍ਹੀ ਹੈ ਕਿ 300 ਟੀਚਰ ਪ੍ਰਮੋਟ ਕੀਤਾ, ਉਹਨਾਂ 'ਚੋਂ ਇੰਗਲਿਸ਼ 'ਚ ਪ੍ਰਮੋਟ ਕਰਦੇ, ਇੰਗਲਿਸ਼ ਪੜ੍ਹਾਈ ਕਦੇ ਨਹੀਂ ਉਹਨਾਂ ਨੇ, ਉਹਦਾ ਰੌਲਾ ਅੱਡ ਪੈਂਦਾ ਫਿਰਦਾ। ਅਤੇ ਹੁਣ ਹੈਲਥ ਦੀ ਖੋਲਤੀ, ਜੇ ਤੁਹਾਡਾ ਹੈਲਥ ਦਾ ਐਡਾ ਵਧੀਆ ਕੰਮ ਤੁਸੀਂ ਕੀਤਾ ਤਾਂ ਭਾਈ ਉੱਥੋਂ ਕਿਲੋਮੀਟਰ ਦੀ ਦੂਰੀ 'ਚ
ਆਮ ਆਦਮੀ ਕਲੀਨਿਕ ਸੀ, ਮੁੱਖ ਮੰਤਰੀ ਸਾਹਿਬ ਦਾ ਉੱਥੋਂ ਇਲਾਜ ਹੋ ਜਾਂਦਾ, ਨਾਲੇ ਕੰਮ ਠੀਕ ਹੋ ਜਾਂਦਾ, ਨਾਲੇ ਅਸੀਂ ਵੀ ਕਹਿੰਦੇ ਕਿ ਵਾਕਈ ਇਲਾਜ ਵਧੀਆ ਹੋ ਗਿਆ। ਇਸ ਲਈ ਮੈਂ ਬਾਰ ਬਾਰ ਕਹਿ ਦਿਆ, ਇਟਸ ਨੋਟ ਅ ਮੈਟਰ ਆਫ ਜੋਕ, ਇਟ ਇਜ਼ ਅ ਮੈਟਰ ਆਫ ਕੰਸਰਨ ਕਿ ਉਹ ਛੇਤੀ ਤੋਂ ਛੇਤੀ ਠੀਕ ਹੋਣ, ਮਗਰ ਐਟ ਦ ਸੇਮ ਟਾਈਮ ਕਿ ਇਹ ਜੀ ਫਜ਼ੂਲ ਖਰਚੀ ਔਰ ਕਾਨੂੰਨ ਨੂੰ ਤੋੜਨਾ, ਮੈਂ ਉਹਦੀ ਜ਼ਰੂਰ ਉਹਨੂੰ ਕੰਡੈਮ ਕਰਦਾ, ਕਿਉਂਕਿ ਉੱਥੇ ਜਾ ਕੇ ਤੁਹਾਨੂੰ ਵੀ ਪਤਾ ਅਪੋਲੋ 'ਚ ਕਿਸੇ ਨੂੰ ਨੇੜੇ ਲੱਗਣ ਦੇ ਰਹੇ। ਵੈਸੇ ਮੈਂ ਫੋਟੋ ਦੇ ਦੂੰਗਾ, ਉਹ ਵੀ ਆਊਂਗਾ, ਪਹਿਲਾਂ ਇਹ ਨਾ ਕਰੇ ਫਿਰ ਮੈਂ ਦਊਂ। ਕੱਲ ਵੀ ਜਦੋਂ ਜਹਾਜ਼ 'ਚ ਵਾਪਸ ਗਏ ਆ, ਸੁਣ ਲਓ ਮੇਰੀ ਗੱਲ, ਇਹਨਾਂ ਨਾਲ 8-10 ਕੁ ਬੰਦੇ ਸੀ, ਉਹਨਾਂ 10-ਾਂ 'ਚ ਇੱਕ ਇਹਨਾਂ ਦੀ ਧਰਮ ਪਤਨੀ ਜੀ ਸਨ, ਇੱਕ ਇਹਨਾਂ ਦਾ ਬੇਟੀ ਸਨ, ਇੱਕ ਬਲਕਾਰ ਸਿਓ ਸੀ, ਸਤਨਾਮ ਸਿਓ ਸੀ। ਜੇ ਚਾਹੁਣਗੇ ਤਾਂ ਮੈਂ ਸਾਰਿਆਂ ਦੇ ਨਾਂ ਦੱਸ ਦੂੰ, ਮੇਰੀ ਖਬਰ ਕੱਚੀ ਨਹੀਂ, ਕਿਉਂਕਿ ਮੈਂ ਕੰਸਰਨਡ ਹਾਂ ਔਰ ਵਿਰੋਧੀ ਧਿਰ 'ਚ ਹਾਂ, ਮੇਰਾ ਕੰਮ ਹੈ ਧਿਆਨ ਰੱਖਣਾ ਕੰਸਰਨ। ਕਹਿੰਦੇ ਚੱਕਰ ਹੀ ਉੱਥੋਂ ਪਿਆ, ਚੱਕਰ ਹੀ ਕਹਿੰਦੇ ਉੱਥੋਂ ਸ਼ੁਰੂ ਹੋਇਆ ਜੀ। ਜਾਣਾ ਚੌਪਾਲ ਵਾਸਤੇ ਸੀ, ਨਿਊਜ਼ 18 ਵਾਸਤੇ ਪਹਿਲਾਂ ਖਬਰ ਦੇ ਦਿੱਤੀ ਕਿ ਦਿੱਲੀ 'ਚ ਕੇਜਰੀਵਾਲ ਸਾਹਿਬ ਕਹਿੰਦੇ ਮੈਂ ਅਸਤੀਫਾ ਦੇ ਰਿਹਾ, ਤੂੰ ਵੀ ਦੇ ਦੀ। ਉਹ ਪਤਾ ਨੀ ਉਹਦੇ ਗਮ 'ਚ ਹੀ ਕੰਮ ਕਿੱਲੀ ਨੱਪਤੀ, ਉਹ ਕਿੱਲੀ ਵੱਧ ਨੱਪੀ ਜਾਂਦੀ, ਤੁਹਾਨੂੰ ਪਤਾ ਜਦੋਂ ਜਿਹੜਾ ਨੱਪਦਾ ਉਹਨੂੰ ਪਤਾ ਕਿ ਫਿਰ ਅੰਦਾਜ਼ਾ ਨੀ ਨਾ ਰਹਿੰਦਾ, ਗਮ 'ਚ ਹੀ ਦੱਬੀ ਜਾਏ ਕਿੱਲੀ, ਪਹਿਲਾਂ ਉੱਧਰ ਦੱਬਤੀ ਚੌਪਾਲ ਚਲੇ ਗਏ, ਫਿਰ ਉੱਥੋਂ ਦੱਬਦੇ ਦੱਬਦੇ ਚੰਡੀਗੜ੍ਹ ਆ ਕੇ ਤੇ ਬੁੜਕ ਕੇ ਉਹ ਡਿੱਗੇ। ਹੋਰ ਤਾਂ ਮਸਲਾ ਕੋਈ ਨੀ, ਬਟ ਖਬਰ ਇਹ ਹੈ ਕਿ ਸੀਐਮ ਸਾਹਿਬ ਨੂੰ ਬੜੀ ਛੇਤੀ ਕਹਿੰਦੇ ਹਟਾ ਦੇਣਾ, ਸਾਡਾ ਤਾਂ ਨੁਕਸਾਨ ਹੋਣਾ ਜੀ, ਪੰਜਾਬ ਦਾ ਐਕਸਾਈਜ਼ ਉੱਧਰ ਨਹੀਂ ਡਿੱਗ ਜਾਣਾ, ਰੈਵਨਿਊ ਮੇਲਾ ਦਾ ਇੱਕ ਵਾਰੀ ਤਾਂ ਵਧੂ ਝਟਕੇ ਨਾਲ ਗਮ 'ਚ ਫਿਰ ਡਿੱਗ ਜੂ। ਭਰਾਵਾ ਉਹ ਤਾਂ ਬਹੁਤ ਕੁਛ ਕਹਿੰਦਾ, ਬੱਕਰੀ ਕੁੱਕੜੀ ਦਾ ਮੁਆਵਜ਼ਾ ਉਦੋਂ ਦਿੰਦਾ ਜਦੋਂ ਖਾਧੀ ਪੀਤੀ 'ਚ ਬੋਲਦਾ, ਜਦੋਂ ਉਹਨੂੰ ਆ ਜਾਂਦੀ ਹੈ ਹੋਸ਼, ਫਿਰ ਨਾ ਉਹਨੂੰ ਚੇਤੇ ਆਉਂਦੀ ਹੈ ਬੱਕਰੀ, ਨਾ ਆਉਂਦੀ ਹੈ ਕੁੱਕੜੀ, ਨਾ ਆਉਂਦਾ ਕਿਸਾਨ। ਮੈਂ ਬਾਤ ਸ਼ੁਰੂ ਹੀ ਗੱਲ ਐਗਰੀਕਲਚਰ ਪਾਲਿਸੀ ਤੋਂ ਕੀਤੀ ਹੈ। ਦੇਖੋ ਮੈਂ ਇੱਕ ਗੱਲ 'ਚ ਇੱਜ਼ਤ ਕਰਦਾ ਕਿ ਇਹਨਾਂ ਦਾ MLA ਸਾਹਿਬ ਨੇ ਗੋਗੀ ਸਾਹਿਬ ਲੁਧਿਆਣੇ ਤੋਂ, ਜਿਨ੍ਹਾਂ ਨੇ ਬੁੱਢਾ ਨਾਲੇ ਦਾ 3-2.5 ਸਾਲ ਹੋ ਗਏ ਜੀ ਮੀਂਹ ਪੱਥਰ ਰੱਖਣ ਨੂੰ, ਉਹਨਾਂ ਨੇ ਆਪ ਜਾ ਕੇ ਮੀਂਹ ਪੱਥਰ ਭੰਨਣਾ ਸ਼ੁਰੂ ਕੀਤਾ। ਪਟਿਆਲੇ ਦੀ ਵੀ ਉਹ ਤਸਵੀਰ ਹੈ, ਮੈਂ ਤੁਹਾਨੂੰ ਕਈ ਮੀਂਹ ਪੱਥਰ ਇੱਥੇ ਭਗਵੰਤ ਮਾਨ ਸਾਹਿਬ ਦੇ ਦਿਖਾ ਦੂੰ ਜਿੱਥੇ ਇੱਕ ਦੀਵਾਨੀ ਦਾ ਅੱਗੇ ਕੰਮ ਨਹੀਂ ਹੋਇਆ। ਅੱਜ ਪੰਜਾਬ ਦੀ ਸਾਰੀਆਂ ਲਿੰਕ ਰੋਡਾਂ ਟੁੱਟ ਗਈਆਂ ਨੇ, ਬੁਰਾ ਹਾਲ ਹੈ। ਕੀ ਰਿਪੇਅਰ ਹੋ ਰਹੀ ਹੈ? ਆਂਸਰ ਇਜ਼ ਨੋ। ਪੰਜਾਬ 4.25 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ, ਡੀਜ਼ਲ ਪੈਟਰੋਲ ਤੁਸੀਂ ਸਭ ਤੋਂ ਮਹਿੰਗਾ ਕਰਤਾ, ਤੁਹਾਡੇ ਕੋਲ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਹਾਲਾਤ ਨੇ, ਮਗਰ ਮੁੱਖ ਮੰਤਰੀ ਜਿਹੜਾ ਆਮ ਆਦਮੀ ਦੀ ਸੀਗਾ, ਉਹ ਜਹਾਜ਼ 'ਤੇ ਜਾਂਦਾ, ਜਹਾਜ਼ 'ਤੇ ਆਉਂਦਾ ਔਰ ਜਹਾਜ਼ ਦੀ ਦੁਰਵਰਤੋਂ ਰੱਜ ਕੇ ਕਰ ਰਿਹਾ। ਜੇ ਜਹਾਜ਼ ਕਹੋ ਤਾਂ ਉਹ ਵੀ ਦੱਸ ਦਿੰਦਾ, ਉਹਦੀ ਫੋਟੋ ਵਿਖਾਵਾਂ ਕਿਹੜਾ ਜਹਾਜ਼ ਸੀ, ਤੁਸੀਂ ਫਿਰ ਮਹਿਸੂਸ ਕਰੋਗੇ ਕਿ ਯਾਰ ਮਜ਼ਾਕ ਬਣਿਆ ਪਿਆ ਇਹ। ਬਦਲਾਅ ਦੀ ਹਵਾ ਕੇਵਲ ਦਿੱਲੀ 'ਚ ਨਹੀਂ ਹੋਈ, ਇਹ ਪੰਜਾਬ ਦੇ ਵਿੱਚ ਵੀ ਆ ਰਹੀ ਹੈ ਹੌਲੀ ਹੌਲੀ, ਔਰ ਹੋ ਸਕਦਾ ਕਿ ਇੱਥੇ ਵੀ ਮੁੱਖ ਮੰਤਰੀ ਦੀ ਕੁਰਸੀ ਨੂੰ ਖਤਰਾ ਹੋਵੇ।
ਨਹੀਂ ਇਹ ਗੱਲ ਨਾ ਜੀ, ਤੁਸੀਂ ਸ਼ਾਇਦ ਮੇਰੀ ਗੱਲ ਸੁਣੀ ਨਹੀਂ, ਇਹ ਪੰਗਾ ਹੀ ਇੱਥੋਂ ਪਿਆ। ਅਸਲ ਗੁਨਹਗਾਰ ਹੀ ਕੇਜਰੀਵਾਲ ਸਾਹਿਬ ਨੇ, ਉਹਨਾਂ ਨੇ ਜਦ ਭਗਵੰਤ ਮਾਨ ਸਾਹਿਬ ਨੂੰ ਕਿਹਾ ਕਿ ਮੈਂ ਅਸਤੀਫਾ ਦੇ ਦਿੱਤਾ ਤੈਨੂੰ ਵੀ ਦੇਣਾ ਪੈਣਾ, ਅਤੇ ਕਹਿੰਦੇ ਉਹ ਤੋਂ ਬਾਅਦ ਜਿਹੜੀ 8 PM ਤੋਂ ਬਾਅਦ ਵਾਲੀ ਕਹਾਣੀ ਸੀ ਉਹ 2 PM 'ਤੇ ਸ਼ੁਰੂ ਹੋ ਗਈ ਔਰ ਮੁੜ ਕੇ ਕੰਮ ਨਹੀਂ ਰੁਕਿਆ। ਜੀ ਹਲੇ ਸੁਖਬੀਰ ਜੀ ਦਾ ਫਿਕਰ ਨਾ ਕਰੋ, ਹਲੇ ਸਰਕਾਰ ਦਾ ਫਿਕਰ ਕਰੋ, ਜਿਹੜਾ ਜਬ ਪੰਗੇ ਨੂੰ ਫੜੇ ਹੋ ਤੁਸੀਂ। ਇਹ ਜਿਹੜਾ ਜਹਾਜ਼ ਉੱਡਦਾ ਫਿਰਦਾ ਨਾ ਪ੍ਰਾਈਵੇਟ, ਇਹਦਾ ਖਰਚਾ ਤੁਸੀਂ ਵੀ ਦਿੰਦੇ ਹੋ ਭੈਣ ਜੀ, ਤੁਸੀਂ ਥੋੜਾ ਧਿਆਨ ਰੱਖੋ ਇਹਨਾਂ ਗੱਲਾਂ ਦਾ। ਦੇਖੋ ਮੈਂ ਭਾਵੇਂ ਮਾਲੀ ਸਾਹਿਬ ਦੀ ਸਾਡੀ ਆਪਸ 'ਚ ਕੋਈ ਐਡੀ ਸੁਰਸਰ ਰਲਦੀ ਨਹੀਂ, ਮਗਰ ਮਾਲੀ ਸਾਹਿਬ ਨਾਲ ਵੀ ਜੋ ਹੋਇਆ ਮੈਂ ਉਸਨੂੰ ਕੰਡੈਮ ਵੀ ਕੀਤਾ ਔਰ ਮੈਂ ਮਹਿਸੂਸ ਕਰਦਾ ਕਿ ਇਹ ਐਮਰਜੈਂਸੀ ਜੋ ਇੰਦਰਾ ਗਾਂਧੀ ਨੇ ਲਾਈ ਸੀ ਉਹ ਐਮਰਜੈਂਸੀ ਵਾਲੇ ਹਾਲਾਤ ਹੋਣ ਨੇ। ਉਸ ਬੰਦੇ ਨੂੰ ਇਹੀ ਨਹੀਂ ਪਤਾ ਕਿ ਮੇਰੇ 'ਤੇ ਪਰਚਾ ਕੀ ਆ, ਉਹਨੂੰ ਮਿਸਲੀਡ ਕਰਕੇ ਥਾਣੇ ਲੈ ਕੇ ਗਏ, ਫਿਰ ਉਹਨੂੰ ਅਰੈਸਟ ਕਰਤੀ। ਉਹਦੀ ਗਲਤੀ ਸਿਰਫ ਇੰਨੀ ਹੈ ਕਿ ਉਹ ਬੜੀ ਹਿੰਮਤ ਨਾਲ ਆਪਦੀ ਗੱਲ ਭਗਵੰਤ ਮਾਨ ਦੇ ਖਿਲਾਫ ਰੱਖਦੇ। ਜਿਹੜਾ ਵੀ ਭਗਵੰਤ ਮਾਨ ਦੇ ਖਿਲਾਫ ਗੱਲ ਕਰਦਾ ਉਹਤੇ ਕਾਰਵਾਈ ਤਾਂ ਨਿਸ਼ਚਿਤ ਹੀ ਆ। ਹੁਣ ਮੈਂ ਜੇ ਆਪਦਾ ਕੰਸਰਨ ਵੀ ਦਿਖਾਇਆ ਤੁਹਾਨੂੰ ਕਿ ਭਾਈ ਇਹਨੂੰ ਇੰਨਾ ਪੈਗ ਨਹੀਂ ਲਾਉਣਾ ਚਾਹੀਦਾ ਤੇ ਮੇਰੇ ਤੇ ਵੀ ਕਾਰਵਾਈ ਹੋ ਸਕਦੀ, ਮਗਰ ਅਸੀਂ ਢੀਠਾਂ 'ਚੋਂ ਹਾਂ, ਸਾਨੂੰ ਨਹੀਂ ਕੋਈ ਫਰਕ। ਮੈਂ ਜੋ ਗੱਲ ਕਹਿ ਰਿਹਾ ਸਹੀ ਕਹਿ ਰਿਹਾ ਔਰ ਆਊਟ ਆਫ ਕੰਸਰਨ ਕਹਿ ਰਿਹਾ ਕਿ ਸ਼ਾਇਦ ਹਟ ਜਾਣ ਮੇਰੇ ਕੰਸਰਨ ਰੇਜ਼ ਕੀਤਿਆਂ ਤੇ ਪੰਜਾਬ ਦਾ ਵੀ ਭਲਾ, ਨਹੀਂ ਤਾਂ ਜੋ ਹਾਲਾਤ ਪੰਜਾਬ ਦੇ ਪੜੇ ਅੱਜ ਦੇਖੋ, ਅੱਜ ਕੀ ਖਬਰ ਲੱਗੀ ਹੈ, ਇੱਕ ਤਾਂ ਐਗਰੀਕਲਚਰ ਪਾਲਿਸੀ ਬਾਰੇ ਜਿਹੜਾ ਫੇਲ ਪਾਲਿਸੀ ਹੈ, ਦੂਜੀ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਬਾਰੇ ਲੱਗੀ ਹੈ, ਉਹਦੇ 'ਚ ਇਟਸ ਨੋਟ ਅ ਜੋਕ ਕਿ ਤੁਹਾਡਾ DGP ਪੰਜਾਬ ਦਾ ਜਾ ਕੇ ਕਹਿ ਰਿਹਾ ਕਿ ਹਾਂ ਜਦੋਂ ਦਾ ਰੌਲੈਂਸ ਬਿਸ਼ਨੋਈ ਦਾ ਇਹ ਸਿੱਧੂ ਮੂਸੇਵਾਲੇ ਦਾ ਕੇਸ ਹੋਇਆ, ਉਹਦਾ ਮਰਡਰ ਹੋਇਆ, ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੀ ਇੱਥੇ ਇੰਟਰਵਿਊ ਵੀ ਹੋਈ ਔਰ ਫਰੌਤੀਆਂ ਦੇ ਕੇਸ ਵੀ ਵਧੇ ਆ, ਐਕਸਟੋਰਸ਼ਨ ਟਾਰਗੇਟ ਕਿਲਿੰਗ ਵਧੀਆ ਨੇ। ਇਸ ਦਿਸ ਅ ਜੋਕ ਕਿ ਬੰਦਾ ਤੁਹਾਡੀ ਜੇਲ੍ਹ 'ਚ ਹੋਵੇ ਅਤੇ ਤੁਹਾਡੀ ਪੁਲਿਸ ਜਾ ਕੇ ਆਨਰੇਬਲ ਹਾਈਕੋਰਟ 'ਚ ਕਹਿ ਰਹੀ ਹੈ ਕਿ ਹਾਂ ਸਾਡੀ ਜੇਲ੍ਹਾਂ 'ਚ ਆਉਣ ਕਰਕੇ ਇਹ ਕੰਮ ਵੱਧ ਗਿਆ ਸਾਡੀ ਜੇਲ੍ਹਾਂ 'ਚ, ਕੀ ਇਹ ਫੇਲੀਅਰ ਨਹੀਂ? ਲਾਅ ਐਂਡ ਆਰਡਰ ਕਿਹਦਾ ਸਬਜੈਕਟ ਹੈ? ਭਗਵੰਤ ਮਾਨ ਦਾ ਜੇਲ੍ਹ ਮਿਨਿਸਟਰ ਕੌਣ ਹੈ? ਭਗਵੰਤ ਮਾਨ 43,000 ਕਾਲਾਂ ਦੀ ਡਿਟੇਲ ਹਾਈਕੋਰਟ 'ਚ ਸਬਮਿਟ ਹੋਈ ਹੈ ਕਿ ਜਿਹੜੀਆਂ ਗਈਆਂ ਨੇ, ਕਿ ਲਾਅ ਐਂਡ ਆਰਡਰ ਦੇ ਜੋ ਧੱਜੀਆਂ ਉਡਾਈਆਂ ਜਾ ਰਹੀਆਂ ਤੁਹਾਡੇ ਸਾਹਮਣੇ ਨੇ। ਸੋ ਇਟ ਇਜ਼ ਅ ਮੈਟਰ ਆਫ ਸੀਰੀਅਸ ਕੰਸਰਨ ਜੋ ਕੁਛ ਹੋ ਰਿਹਾ ਔਰ ਇਹੀ ਕਾਰਨ ਹੈ ਕਿ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਜਿਹੜੀ ਦਿੱਲੀ ਸ਼ਰਾਬ ਘੁਟਾਲਾ ਪਾਲਿਸੀ ਹੈ ਉਹੀ ਪਾਲਿਸੀ ਪੰਜਾਬ ਦੀ ਹੈ ਅਤੇ ਤੂੰ ਵੀ ਲਾਂਭੇ ਹੋ ਜਾ, ਅਤੇ ਮੈਨੂੰ ਤਾਂ ਪਾਲਿਸੀ ਦਾ ਅਸਰ ਹੀ ਸ਼ਰਾਬ ਇੱਥੇ ਹੋ ਗਿਆ ਕਿ ਗੱਲ ਰੌਲਾ ਤਾਂ ਸੀ ਸ਼ਰਾਬ ਘੁਟਾਲੇ ਦਾ, ਇਹ ਆਪ ਹੀ ਸੇਵਨ 'ਤੇ ਹੋ ਗਿਆ। ਚਲੋ ਰੱਬ ਸਮਰਥ ਬਖਸ਼ੇ। ਮੇਰੇ ਨਾਲ ਕਰਦਾ ਗੱਲ ਕਿਹਦੇ ਨਾਲ? ਭਗਵੰਤ ਨਾਲ ਨਹੀਂ, ਉਹਦੇ ਨਾਲ ਸ਼ਾਮ ਜੇ ਇਹਨੂੰ ਗੱਲ ਹੋਣੀ ਹਲੇ ਤਾਂ ਲੱਥਣ ਡੀ ਆ, ਹਲੇ ਕਿਤੋਂ ਗੱਲ ਹੋ ਜਾਣੀ। ਉੱਥੇ ਜੀ ਪੂਰਾ ਬਾਡੀ ਸਕੈਨ ਚੱਲ ਰਿਹਾ, ਤੁਹਾਨੂੰ ਲੰਮੀ ਸਾਰੀ ਬੁਲੇਟਿਨ ਪੇਸ਼ ਕੀਤੀ ਜਾਊਗੀ ਸ਼ਾਮ ਨੂੰ ਕਿ ਜੀ ਇਹਨੂੰ ਐ ਨੁਕਸ ਪਿਆ, ਇਹਦੇ ਐ ਪਿਆ, ਬਾਡੀ ਸਕੈਨ ਕਰਾਉਣਾ ਪਿਆ ਕਿ ਕੀ ਚੱਕਰ ਚੱਲਿਆ, ਮਗਰ ਏਡੀ ਸੀਕ੍ਰੇਸੀ ਦੀ ਲੋੜ ਨਹੀਂ ਸੀ। ਤੁਹਾਨੂੰ ਕਹਿੰਦੇ ਇਲਾਜ ਇੱਥੋਂ ਕਰਾਓ, ਆਮ ਆਦਮੀ ਕਲੀਨਿਕ ਤੋਂ ਕਰਾਓ, ਤੇ ਇਹਦਾ ਅਪੋਲੋ ਤੋਂ ਕਿਉਂ ਕਰਾਓ? ਪ੍ਰਾਈਵੇਟ ਹਸਪੀਟਲ 'ਚ ਕਿਉਂ ਲਿਜਾਓ? ਮਤਲਬ ਆਪ ਹੀ ਪੋਲ ਖੋਲ ਰਹੇ। ਕਾਰਨ ਬੜਾ ਸਿੰਪਲ ਸੀ, ਇੱਥੇ ਕਿਸੇ ਨਾ ਕਿਸੇ ਡਾਕਟਰ ਨੇ ਤੁਹਾਡੇ ਵਰਗੇ ਪੱਤਰਕਾਰ ਵੀਰ ਨੂੰ ਕਹਾਣੀ ਦੱਸ ਦੇਣੀ ਸੀ ਕਿ ਰੌਲਾ ਕੋਈ ਨਹੀਂ,
ਵੱਧ ਖਾਧੀ ਪੀਤੀ ਗਈ, ਇਹ ਗੱਲ ਲੁਕਾਉਣ ਲਈ ਉੱਥੇ ਲੈ ਕੇ ਗਏ। ਸਰ ਸੀਐਮ ਸਾਹਿਬ ਦੇ ਵੱਲੋਂ ਨਾ 26 ਜੀਰੀ ਲਵਾ ਦਿੱਤੀ ਗਈ ਸੀ ਕਿਸਾਨਾਂ ਨੂੰ ਕਹਿ ਕੇ 26 ਜੀਰੀ। ਹਾਂਜੀ ਹਾਂਜੀ, ਹੁਣ ਜਿਹੜੇ ਸੈਲਰ ਮਾਲਕ ਨੇ ਜੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ 126 ਜੀਰੀ ਲੈਣੀ ਹੈਗੀ, ਤੇ ਕਿਸਾਨਾਂ ਦੀ ਫਸਲ ਸਿਰ ਤੇ ਹੈਗੀ, ਕਿਵੇਂ ਦੇਖਦੇ ਹੋਗੇ ਕਿੰਨਾ, ਕਿਉਂਕਿ ਕਿਸਾਨਾਂ ਨੂੰ ਅੱਗੇ ਕਾਫੀ ਪ੍ਰੋਬਲਮ ਆਉਣੀ ਹੈ ਤੇ ਸੈਲਰ ਮਾਲਕ ਮੰਨਣ ਨੂੰ ਤਿਆਰ ਨਹੀਂ ਹੈਗੇ, ਕੋਈ ਤੁਹਾਡੀ ਪਾਰਟੀ ਦੇ ਵੱਲੋਂ ਇਸ ਬਾਰੇ? ਨਹੀਂ ਦੇਖੋ, ਗਵਰਨਮੈਂਟ ਦਾ ਬੜਾ ਵੱਡਾ ਫੇਲੀਅਰ ਹੈ ਜੀ। ਦੇਖੋ, ਜਿਹੜੀ ਚੀਜ਼, ਜਿਹੜੀ ਫਸਲ ਜਾਂ ਜਿਹੜੀ ਵਰਾਇਟੀ ਸ਼ੈਲਰ ਮਾਲਕ ਲੈਣ ਤੋਂ ਇਨਕਾਰ ਕਰ ਰਹੇ ਹੋ, ਕੋਈ ਅੱਜ ਰਾਤੋਂ ਰਾਤ ਇਨਕਾਰ ਕਰ ਨਹੀਂ ਰਹੇ ਹੋ, ਤਾਂ ਪਹਿਲਾਂ ਹੀ ਪਬਲਿਕ ਡੋਮੇਨ 'ਚ, ਇਹ ਗਵਰਨਮੈਂਟ ਦਾ ਬੜਾ ਵੱਡਾ ਫੇਲੀਅਰ ਹੈ, ਲੈਪਸ ਹੈ। ਔਰ ਮੈਂ ਵਾਰ-ਵਾਰ ਕਹਿ ਰਿਹਾ ਕਿ ਸਾਰੀ ਐਗਰੀਕਲਚਰ ਪ੍ਰਣਾਲੀ ਨੂੰ ਲੈ ਕੇ ਬੜਾ ਵੱਡਾ ਲੈਪਸ ਔਰ ਫੇਲੀਅਰ ਚੱਲ ਰਿਹਾ। ਨਾ ਤਾਂ ਕਿਸਾਨ ਖੁਦਕੁਸ਼ੀ ਰੁਕ ਰਹੀ ਹੈ, ਨਾ ਕਿਸਾਨ ਕਰਜ਼ਾ ਹੀ ਹੋਣ ਤੋਂ ਖੇਤ ਮਜ਼ਦੂਰ ਜਾਂ ਕਿਸਾਨ ਦੀ ਕਟੌਤੀ ਹੋ ਰਹੀ। ਔਰ ਇਹ ਸਾਰੀ ਚੀਜ਼ਾਂ ਵਿਲ ਓਨਲੀ ਐਡ ਟੂ ਇਟ। ਜਦ ਉਹਨੂੰ MSP ਨਹੀਂ ਮਿਲਣੀ, ਜਦ ਉਹਦੀ ਫਸਲ ਨਹੀਂ ਚੱਕੀ ਜਾਣੀ, ਤੇ ਫਿਰ ਕੀ ਰਸਤਾ, ਆਲਟਰਨੇਟਿਵ ਕਿਸਾਨ ਨੂੰ ਕੀ ਰੂਟ ਦਿਸਦਾ ਜਦੋਂ ਵੱਧ ਕਰਜ਼ਾ ਹੀ ਹੁੰਦਾ? ਸਿਆਣੀ ਬੀਬੀ ਦਾ ਸਵਾਲ ਪੁੱਛੀ ਦਾ, ਕਮਲੀਆਂ ਦਾ ਮੈਂ ਜਵਾਬ ਦੇਣਾ ਸਭ ਨੂੰ ਪਤਾ। ਮੇਰੀ ਇੱਕ ਰਿਕੁਐਸਟ ਹੈ, ਦੇਖੋ MP ਬਣ ਜਾਣਾ ਚਲੋ ਉੱਥੋਂ ਦੇ ਲੋਕਾਂ ਦਾ ਫੈਸਲਾ, ਮਗਰ ਉਹਨਾਂ ਦੀ ਇੰਟਲੈਕਟ ਲੈਵਲ, ਉਹਨਾਂ ਦੀ ਜੋ ਗੱਲਾਂ ਦੀ ਸੋਚਣ ਸ਼ਕਤੀ ਆ, ਸਮਝ ਹੈ, ਉਹ ਤਾਂ ਨਹੀਂ ਨਾ ਬਦਲ ਸਕਦੀ। ਔਰ ਮੈਂ ਸਮਝਦਾ ਐਮਰਜੈਂਸੀ 'ਚ ਜੋ ਕੁਛ ਉਹ ਗਲਤ ਤਰੀਕੇ ਨਾਲ ਪੰਜਾਬ ਦੀ ਇਸ ਪਵਿੱਤਰ ਧਰਤੀ ਨੂੰ, ਪੰਜ ਦਰਿਆਵਾਂ ਦੀ ਇਸ ਧਰਤੀ ਨੂੰ, ਗੁਰੂਆਂ ਪੀਰਾਂ ਦੀ ਇਸ ਧਰਤੀ ਨੂੰ, ਜਿਸ ਗਲਤ ਤਰੀਕੇ ਨਾਲ ਸਿੱਖਾਂ ਨੂੰ ਪੋਟਰੇ ਕੀਤਾ ਜਾ ਰਿਹਾ, ਉਹ ਬਿਲਕੁਲ ਗਲਤ ਹੈ। ਔਰ ਇਹਦੇ ਨਾਲ ਪੰਜਾਬ ਨੂੰ ਔਰ ਪੰਜਾਬੀਆਂ ਦੇ ਮਨ ਨੂੰ ਵੱਡੀ ਠੇਸ ਪਹੁੰਚਣੀ ਹੈ, ਔਰ ਸੀਰੀਅਸ ਏਲੀਅਨੇਸ਼ਨ ਦਾ ਇਹਦੇ 'ਚ ਫਿਕਰ ਪੈ ਸਕਦਾ। ਔਰ ਭਾਰਤੀ ਜਨਤਾ ਪਾਰਟੀ ਨੂੰ ਭਾਈਚਾਰਕ ਸਾਂਝ, ਬਾਰਡਰ ਸਿਕਿਉਰਿਟੀ ਨੂੰ ਜੇ ਕਾਇਮ ਰੱਖਣਾ, ਤੇ ਕੰਗਨਾ ਰਣੌਤ ਵਰਗੇ ਲੀਡਰਾਂ ਨੂੰ ਸੈਂਸਰ ਕਰਨਾ ਪੈਣਾ। ਉਹਨਾਂ ਨੇ ਪਹਿਲਾਂ ਕਿਸਾਨ ਭਰਾਵਾਂ ਦੇ ਉਲਟ ਬਹੁਤ ਟਿੱਪਣੀ ਕੀਤੀ, ਉਹਦਾ ਰਿਜ਼ਲਟ ਖਾਮਿਆਜ਼ਾ ਨਿਕਲਿਆ। ਸਾਡੀ ਸਤਿਕਾਰਯੋਗ ਬਜ਼ੁਰਗ ਮਾਤਾ ਜੀ ਬਾਰੇ ਕਹਿ ਕੇ ਕਿ ਇਹ ਦਿਹਾੜੀ 'ਚ ਆਉਂਦੇ ਆ, ਉਹਦਾ ਬਹੁਤ ਵੱਡਾ ਰੋਸ ਹੋਇਆ। ਫਿਰ ਏਅਰਪੋਰਟ ਦਾ ਇੰਸੀਡੈਂਟ ਹੋਇਆ, ਹੁਣ ਐਮਰਜੈਂਸੀ, ਤੁਹਾਡੇ ਲਈ ਪੈਸੇ ਕਮਾਉਣ ਦਾ ਜ਼ਰੀਆ ਹੋਣਾ, ਮਗਰ ਤੁਸੀਂ ਆਪਦੇ ਪੈਸੇ ਕਮਾਉਣ ਦੇ ਜ਼ਰੀਏ 'ਚ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਜਾਂ ਸਿੱਖਾਂ ਦੀ ਭਾਵਨਾ ਨੂੰ ਠੇਸ ਨਾ ਪਹੁੰਚਾਓ, ਮਾਹੌਲ ਨਾ ਖਰਾਬ ਕਰੋ। ਦੇਖੋ, ਤੁਸੀਂ ਇੰਨੀਆਂ ਖਬਰਾਂ, ਮੇਰੇ ਸਵਾਲ ਕਈ ਪੁੱਛ ਲਏ, ਪਤਾ ਨਹੀਂ ਇਹ ਰਵਨੀਤ ਬਿੱਟੂ ਵੀ ਭਗਵੰਤ ਦਾ ਯਾਰ ਹੀ ਹੈ, ਆਦਤਾਂ ਇਹਨਾਂ ਦੀ ਬਰਾਬਰ ਦੀਆਂ ਨੇ, ਸਭ ਤੋਂ ਗੂੜੀ ਦੋਸਤੀ ਹੈ ਇਹਨਾਂ ਦੀ। ਮਗਰ ਰਵਨੀਤ ਬਿੱਟੂ ਜੀ ਨੂੰ ਮੈਂ ਪੁੱਛਣਾ ਇਹ ਚਾਹੂੰਗਾ, ਜਿੱਥੇ ਮੈਂ ਤਾਂ ਉਹਨਾਂ ਦੇ ਇਸ ਬਿਆਨ ਨਾਲ ਸਹਿਮਤ ਨਹੀਂ, ਮਗਰ ਜਿਹੜਾ ਇਹ ਬਿਆਨ ਦਿੱਤਾ ਗਿਆ, ਇਹ ਇਟ ਰੇਜ਼ਜ਼ ਕੁਐਸਚਨ ਔਨ ਰਵਨੀਤ ਬਿੱਟੂ ਇਟਸੈਲਫ। ਰਵਨੀਤ ਬਿੱਟੂ ਦਾ ਅੱਜ ਵੀ ਸਮੁੱਚਾ ਪਰਿਵਾਰ ਤੇ ਰਵਨੀਤ ਬਿੱਟੂ ਆਪ 3 ਵਾਰੀ MP ਉਸ ਕਾਂਗਰਸ ਪਾਰਟੀ 'ਚੋਂ ਬਣਿਆ, ਤੇ ਉਸ ਰਾਹੁਲ ਗਾਂਧੀ ਦੇ ਛੋਲੇ ਗਾਉਂਦੇ ਰਹੇ ਹੈ। ਜਿਸ ਰਾਹੁਲ ਗਾਂਧੀ ਨੂੰ ਅੱਜ ਇਹ ਕਹਿੰਦੇ ਅੱਤਵਾਦੀ ਨੰਬਰ 1 ਟੈਰਰਿਸਟ ਹੈ, ਤੇ ਰਾਤੋ ਰਾਤ ਤਾਂ ਬਣਿਆ ਨਹੀਂ।
ਫਿਰ ਇਹ ਬਣਾਉਣ 'ਚ ਤੇਰਾ ਕੀ ਯੋਗਦਾਨ ਸੀ? ਤੂੰ ਆਪਦਾ ਦੱਸ ਪਿਛਲੇ 20 ਸਾਲ ਦੀ ਕਾਰਗੁਜ਼ਾਰੀ। ਕਿਉਂਕਿ ਜਿੰਨਾ ਮੀਆਂ ਮਿੱਠੂ ਇਹ ਰਾਹੁਲ ਗਾਂਧੀ ਦਾ ਸੀ, ਜਦੋਂ ਤੈਨੂੰ ਯੂਥ ਦਾ ਪ੍ਰਧਾਨ ਬਣਾਇਆ, ਜਦੋਂ ਤੇਰੀਆਂ ਟਿਕਟਾਂ ਕਦੇ ਲੁਧਿਆਣੇ ਤੋਂ ਕਦੇ ਅਨੰਦਪੁਰ ਸਾਹਿਬ ਤੋਂ ਕਦੋਂ ਕਿੱਥੋਂ ਬਣਾਈਆਂ, ਜਾਂ ਜਿੰਨਾ ਪਾਰਲੀਮੈਂਟ ਦਾ ਟੇਬਲ ਮਾਰ ਮਾਰ ਥਾਪੀਆਂ ਜਿਹੜਾ ਉੱਥੇ ਡੈਂਟ ਪਾ ਤੇ ਤੋੜਤਾ ਰਾਹੁਲ ਗਾਂਧੀ ਦੇ ਫਿਕਰ ਪਿੱਛੇ, ਉਹ ਕੋਈ ਭੁੱਲਿਆ? ਦੂਜੀ ਗੱਲ, ਜੇ ਉਹ ਹੈ ਟੈਰਰਿਸਟ ਨੰਬਰ 1, ਮੈਂ ਇਹਦੀ